ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਕਿਸਾਨ ਵੀਰੋ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਥੈਂਕਸ ਕਰਦੇ ਹਾਂ ਦੋਸਤੋ ਵੀ ਆਪਣੇ ਚੈਨਲ ਨੂੰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ। ਅੱਜ ਜਿਹੜੀ ਦੋਸਤੋ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਹਾਂ, ਉਹ ਦੋਸਤੋ ਇੱਕ ਕਾੜਾ ਬਣਾਉਣ ਦੀ ਵਿਧੀ ਆਪਾਂ ਤੁਹਾਨੂੰ ਦੱਸਾਂਗੇ। ਦੋਸਤੋ ਜਦੋਂ ਪਸ਼ੂ ਤਾਜ਼ਾ ਸੁਣਦਾ ਹੈਗਾ ਤਾਂ ਦੋਸਤੋ ਬਹੁਤੇ ਕਿਸਾਨ ਵੀਰ ਜਿਹੜੀ ਇਹ ਗਲਤੀ ਕਰ ਜਾਂਦੇ ਆ ਵੀ ਉਹ ਜਿਹੜਾ ਸਮੇਂ ਸਿਰ ਜਿਹੜਾ ਕਾੜਾ ਨਹੀਂ ਦਿੰਦੇਗੇ। ਤਾਂ ਦੋਸਤੋ ਜਿਹੜੀ ਇਹ ਵਿਧੀ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸਮਝ ਲਿਓ, ਉਸ ਤੋਂ ਬਾਅਦ ਆਪਣੇ ਪਸ਼ੂ 'ਤੇ ਜਿਹੜਾ ਅਪਲਾਈ ਕਰ ਸਕਦੇ ਹੋ। ਸੋ ਦੋਸਤੋ ਕੀ ਹੁੰਦਾ ਵੀ ਜਦੋਂ ਪਸ਼ੂ ਕੋਈ ਤਾਜ਼ਾ ਸੁਣਦਾ ਹੈਗਾ, ਚਾਹੇ ਮੈਂ ਗਾਂ ਦੀ ਗੱਲ ਕਰਨਾ ਚਾਹੇ ਮੱਝ ਦੀ ਗੱਲ ਕਰਨਾ, ਦੋਸਤੋ ਦੋਨੋਂ ਪਸ਼ੂਆਂ 'ਤੇ ਇਹ ਜਿਹੜਾ ਲਾਗੂ ਹੈਗਾ, ਦੋ ਪਸ਼ੂਆਂ ਨੂੰ ਤੁਸੀਂ ਕਾੜਾ ਦੇ ਸਕਦੇ ਜੀ। ਜਦੋਂ ਦੋਸਤੋ ਪਸ਼ੂ ਤਾਜ਼ਾ ਸੁਣਦਾ ਹੈਗਾ ਤਾਂ ਤਕਰੀਬਨ ਕੀ ਹੁੰਦਾ ਵੀ ਆਪਣੇ ਜ਼ਿਆਦਾਤਰ ਕਿਸਾਨ ਜਿਹੜੇ ਹੈਗੇ ਆ ਬਹੁਤ ਬੱਚੇ ਨੂੰ ਲੇਟ ਕਰ ਦਿੰਦੇ ਆ ਦੁੱਧ ਪਿਆਉਣੋਂ, ਚਾਹੇ ਉਹ ਮੇਲ ਕਾਫ ਆ ਚਾਹੇ ਫੀਮੇਲ ਕਾਫ ਆ ਮੱਝਾਂ ਚਾਹੇ ਗਾਵਾਂ ਦੇ ਵਿੱਚ। ਤਾਂ ਦੋਸਤੋ ਜਿਹੜਾ ਤੁਸੀਂ ਇੰਨੀ ਦੇਰੀ ਨਾ ਕਰਿਆ ਕਰੋ। ਕੁਝ ਕੁ ਵੀਰ ਜਿਹੜਾ ਬੱਚੇ ਨੂੰ ਦੁੱਧ ਪਿਆ ਦਿੰਦੇ ਆ ਬਹੁਤ ਜਲਦੀ, ਅੱਧੇ ਘੰਟੇ ਜਾਂ ਇੱਕ ਘੰਟੇ ਦੇ ਦੌਰਾਨ, ਉਹ ਬਹੁਤ ਬੈਸਟ ਹੈਗਾ। ਪਰ ਜਿਹੜੇ ਕਿਸਾਨ ਵੀਰ ਤਕਰੀਬਨ ਪੰਜ ਪੰਜ ਚਾਰ ਚਾਰ ਘੰਟੇ ਹਜੇ ਜੇਰ ਦੀ ਉਡੀਕ ਕਰਦੇ ਨੇ ਅਤੇ ਪਸ਼ੂ ਨੂੰ ਜੇਰ ਪਵੇਗੀ ਉਸ ਤੋਂ ਬਾਅਦ ਦੁੱਧ ਪਿਆਉਣਾ, ਤਾਂ ਦੋਸਤੋ ਬਹੁਤ ਵੱਡੀ ਗਲਤੀ ਆ। ਤਾਂ ਤੁਸੀਂ ਤਕਰੀਬਨ ਇੱਕ ਘੰਟੇ ਦੇ ਦੌਰਾਨ ਜਿਹੜਾ ਸੂਣ ਤੋਂ ਬਾਅਦ ਮੱਝਾਂ ਦੇ ਵਿੱਚ ਚਾਹੇ ਗਾਵਾਂ ਦੇ ਵਿੱਚ ਤੁਸੀਂ ਉਸ ਬੱਚੇ ਨੂੰ ਜਿਹੜਾ ਦੁੱਧ ਪਿਆ ਸਕਦੇ ਹੋ, ਬੌਲਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਹਿਲਾ ਬੌਲਾ। ਪਹਿਲਾ ਬੌਲਾ ਜਿਹੜਾ ਦੋਸਤੋ ਬੱਚੇ ਦੇ ਲਈ ਬਹੁਤ ਜ਼ਿਆਦਾ ਲਾਜ਼ਮੀ ਹੈਗਾ, ਕਿਉਂਕਿ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈਗੀ ਦੋਸਤੋ 100% ਜਿਹੜੀ ਹੈਗੀ ਆ, 100% ਜਿਹੜੀ ਆਮ ਨੋਰਮਲ ਦੁੱਧ ਨਾਲੋਂ ਉਸ ਦੇ ਵਿੱਚ ਜ਼ਿਆਦਾ ਹੁੰਦੀ ਆ। ਉਹ ਜਿਹੜਾ ਦੁੱਧ ਹੁੰਦਾ ਦੋਸਤੋ ਬੌਲੇ ਦੇ ਵਿੱਚ, ਉਸਨੇ ਅੱਗੇ ਜਾ ਕੇ ਤੁਹਾਡੇ ਪਸ਼ੂ ਦੀ ਸਥਿਤੀ ਜਿਹੜੀ ਕਾਇਮ ਕਰਨੀ ਹੁੰਦੀ ਆ, ਉਸਦਾ ਗਰੋਥ ਜਿਹੜੀ ਆ ਉਸਨੇ ਇਨਕਰੀਜ਼ ਕਰਨੀ ਹੁੰਦੀ ਆ, ਉਸ ਪਹਿਲੇ ਬੌਲੇ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਤਾਂ ਦੋਸਤੋ ਇੱਕ ਘੰਟੇ ਦੇ ਦੌਰਾਨ ਤੁਸੀਂ ਜਿਹੜਾ ਆਪਣੇ ਕਾਫ ਨੂੰ ਆ ਉਸ ਨੂੰ ਦੁੱਧ ਜਿਹੜਾ ਬੌਲਾ ਹੈਗਾ ਪਿਆਉਣਾ ਬਹੁਤ ਜ਼ਿਆਦਾ ਲਾਜ਼ਮੀ ਆ। ਉਸ ਤੋਂ ਬਾਅਦ ਦੋਸਤੋ ਜਿਹੜਾ ਬੌਲਾ ਤੁਸੀਂ ਬਾਕੀ ਚੁਆਈ ਕਰਨੀ ਹੈਗੀ ਆ, ਉਹ ਉਸ ਮਦਰ ਨੂੰ ਜਿਹੜੀ ਵਿਆਈ ਆ ਦੋਸਤੋ, ਜਿਹੜੀ ਸੂਈ ਆ ਗਾਂ ਚਾਹੇ ਮੱਝ ਆ, ਉਸ ਨੂੰ ਪਿਆਉਣਾ ਬਹੁਤ ਜ਼ਿਆਦਾ ਲਾਜ਼ਮੀ ਆ। ਕਿਉਂਕਿ ਦੋਸਤੋ ਸੂਣ ਤੋਂ ਬਾਅਦ ਉਸਦਾ ਜਿਹੜਾ ਐਨਰਜੀ ਲੈਵਲ ਇੱਕ ਹੁੰਦਾ ਦੋਸਤੋ, ਉਹ ਬਹੁਤ ਜ਼ਿਆਦਾ ਉਸਦਾ ਲੌਸ ਹੋਇਆ ਹੁੰਦਾ। ਕਿਉਂਕਿ ਜਦੋਂ ਪਸ਼ੂ ਸੁਣਦਾ ਦੋਸਤੋ ਤਾਂ ਬਹੁਤ ਜ਼ਿਆਦਾ ਐਨਰਜੀ ਉਸਦੀ ਊਰਜਾ ਜਿਹੜੀ ਹੁੰਦੀ ਆ ਦੋਸਤੋ ਉਹ ਨਿਕਲ ਜਾਂਦੀ ਹੈ, ਪਸ਼ੂ ਦੀ ਬਹੁਤ ਵੇਸਟ ਹੁੰਦੀ ਆ। ਇਸ ਕਰਕੇ ਉਸ ਨੂੰ ਦੁਬਾਰਾ ਜਿਹੜਾ ਦੋਸਤੋ ਮੇਨਟੇਨ ਕਰਨ ਵਾਸਤੇ ਉਸੇ ਗਾਂ ਚਾਹੇ ਉਸੇ ਮੱਝ ਦਾ ਬੌਲਾ ਉਸ ਨੂੰ ਪਿਆਉਣਾ ਬਹੁਤ ਜ਼ਿਆਦਾ ਲਾਜ਼ਮੀ ਆ। ਸੋ ਦੋਸਤੋ ਉਸਦੇ ਨਾਲ ਕੀ ਹੋਵੇਗਾ, ਇੱਕ ਤਾਂ ਦੋਸਤੋ ਉਸਦੀ ਜਿਹੜੀ ਜੇਰ ਹੈਗੀ ਆ ਉਹ ਵੀ ਬਹੁਤ ਜਲਦੀ ਪੈ ਜਾਵੇਗੀ, ਤੁਹਾਨੂੰ ਵੇਟ ਨਹੀਂ ਕਰਨੀ ਪਵੇਗੀ 5 ਤੋਂ 4 ਘੰਟੇ 6 ਘੰਟੇ, ਤੁਹਾਨੂੰ ਕਦੀ ਵੇਟ ਨਹੀਂ ਕਰਨੀ ਪਵੇਗੀ ਜੇਕਰ ਤੁਸੀਂ ਆਪਣੀ ਗਾਂ ਚਾਹੇ ਮੱਝ ਦਾ ਉਹ ਬੌਲਾ ਜਿਹੜਾ ਉਸੇ ਨੂੰ ਪਿਆ ਦਿੰਦੇ ਹੋ, ਠੀਕ ਹੈ ਜੀ। ਅਤੇ ਕਈ ਵੀਰ ਕੀ ਕਰਦੇ ਆ ਵੀ ਉਹ ਬੌਲਾ ਜਿਹੜਾ ਹੁੰਦਾ ਦੋਸਤੋ ਡੋਲ ਦਿੰਦੇ ਆ ਜਾਂ ਉਹਨੂੰ ਵੇਸਟ ਕਰ ਦਿੰਦੇ ਆ, ਤਾਂ ਇੱਦਾਂ ਤੁਸੀਂ ਕਦੀ ਵੀ ਨਹੀਂ ਕਰਨਾ ਦੋਸਤੋ। ਇੱਕ ਬਹੁਤ ਮਹੱਤਵਪੂਰਨ ਇੱਕ ਇੰਪੋਰਟੈਂਟ ਜਿਹੜਾ ਰੋਲ ਆ ਦੋਸਤੋ ਤੁਹਾਡੇ ਪਸ਼ੂ ਲਈ ਇਸ ਪਹਿਲੇ ਬੌਲੇ ਨੇ ਜਿਹੜਾ ਪਲੇ ਕਰਨਾ ਹੁੰਦਾ, ਠੀਕ ਹੈ ਜੀ। ਇੱਕ ਹੁਣ ਤੁਹਾਨੂੰ ਆਪਾਂ ਦੋਸਤੋ ਇੱਕ ਫਾਰਮੂਲਾ ਦੱਸਾਂਗੇ, ਇੱਕ ਕਾੜਾ ਬਣਾਉਣ ਦੀ ਵਿਧੀ ਦੱਸਾਂਗੇ। ਉਹ ਕਾੜਾ ਤੁਸੀਂ ਜਿਹੜਾ ਹੈਗਾ ਦੋਸਤੋ ਜਦੋਂ ਤੁਹਾਡੀ ਗਾਂ ਚਾਹੇ ਮੱਝ ਸੁਣਦੀ ਹੈਗੀ ਆ, 2 ਘੰਟੇ ਦੇ ਅੰਦਰ ਅੰਦਰ ਤੁਸੀਂ ਉਹ ਬੌਲਾ ਪਿਆਉਣਾ ਹੁੰਦਾ ਆਪਣੇ ਪਸ਼ੂ ਨੂੰ, ਅਤੇ 2 ਘੰਟੇ ਤੋਂ ਕਦੀ ਵੀ ਲੇਟ ਨਹੀਂ ਕਰਨਾ ਗਾ। ਜਿਹੜਾ ਕਾੜਾ ਮੈਂ ਤੁਹਾਨੂੰ ਦੋਸਤੋ ਦੱਸਣ ਜਾ ਰਿਹਾ, ਇਸ ਨੂੰ ਬਣਾਉਣ ਦੀ ਜਿਹੜੀ ਵਿਧੀ ਹੈਗੀ ਆ ਦੋਸਤੋ, ਤਕਰੀਬਨ ਤੁਸੀਂ 1/2 ਕਿਲੋ ਪਹਿਲਾਂ ਗੁੜ ਜਿਹੜਾ ਲੈਣਾ ਹੈਗਾ, ਅਤੇ 1.5 ਲੀਟਰ ਪਾਣੀ ਦੇ ਵਿੱਚ ਦੋਸਤੋ ਇਸ ਨੂੰ ਉਬਾਲਣਾ ਹੈਗਾ। 1.5 ਲੀਟਰ ਪਾਣੀ ਦੇ ਵਿੱਚ ਉਬਾਲ ਕੇ ਜਦੋਂ ਇਹ 1/2 ਰਹਿ ਗਿਆ ਤਾਂ ਇਸ ਨੂੰ ਬਿਲਕੁਲ ਨੀਚੇ ਲਾ ਕੇ ਬਿਲਕੁਲ ਉਸੇ ਗਰਮ ਗਰਮ ਦੇ ਕਾੜੇ ਦੇ ਵਿੱਚ ਜਿਹੜਾ ਤੁਸੀਂ ਗੁੜ ਦਾ ਬਣਾਇਆ ਹੈਗਾ ਉਸ ਦੇ ਵਿੱਚ ਤੁਸੀਂ 4 ਤੋਂ 5 ਐਟਮਾਂ ਪਾਉਣੀਆਂ ਹੈਗੀਆਂ ਨੇ। ਉਹ 4-5 ਐਟਮਾਂ ਦੋਸਤੋ ਕਿਹੜੀਆਂ ਨੇ, ਪਹਿਲੇ ਨੰਬਰ 'ਤੇ ਇੱਕ ਹਲਦੀ ਲੈਣੀ ਹੈ 2 ਚਮਚੇ ਤੁਸੀਂ, ਉਸ ਤੋਂ ਬਾਅਦ ਦੋਸਤੋ ਤੁਸੀਂ 50 ਗ੍ਰਾਮ ਜਿਹੜੀ ਅਜਵੈਣ ਲੈਣੀ ਆ, ਇਸ ਤੋਂ ਬਾਅਦ 100 ਗ੍ਰਾਮ ਤਾਰਾਮੀਰਾ ਲਵਾਂਗੇ,
ਇਸ ਤੋਂ ਬਾਅਦ 100 ਗ੍ਰਾਮ ਮੇਥੀ ਲੈਣੀ ਹੈਗੀ ਆ, ਮੇਥੀ ਦਾਣਾ। ਬਹੁਤੇ ਵੀਰ ਮੈਨੂੰ ਪੁੱਛਦੇ ਆ ਵੀ ਮੇਥੇ ਲੈ ਲਈਏ। ਦੋਸਤੋ, ਮੇਥੀ ਅਤੇ ਮੇਥੇ ਵਿੱਚ ਫਰਕ ਹੁੰਦਾ, ਮੇਥੀ ਬਿਲਕੁਲ ਬਰੀਕ ਦਾਣੇਦਾਰ ਹੁੰਦੀ ਆ। ਅਤੇ ਇਸ ਤੋਂ ਬਾਅਦ ਜਿਹੜਾ ਦੋਸਤੋ ਕਾਲੀ ਮਿਰਚ ਲੈਣੀ ਆ, ਕਾਲੀਆਂ ਮਿਰਚਾਂ ਤੁਸੀਂ 5 ਤੋਂ 6 ਕੁਆਂਟਿਟੀ ਮਾਤਰਾ ਦੇ ਵਿੱਚ ਪਾਉਣੀਆਂ ਹੈਗੀਆਂ ਇਸ ਕਾੜੇ ਦੇ ਵਿੱਚ। ਇਸ ਤੋਂ ਇਲਾਵਾ ਜੇਕਰ ਤੁਹਾਡੇ ਪਸ਼ੂ ਦੇ ਵਿੱਚ ਬੁਖਾਰ ਦੀ ਕੋਈ ਪ੍ਰੋਬਲਮ ਆ, ਚਾਹੇ ਉਸਨੂੰ ਦਰਦਾਂ ਮਹਿਸੂਸ ਹੋ ਰਹੀਆਂ, ਤਾਂ ਤੁਸੀਂ ਪੈਰਾਸੀਟਾਮੋਲ PCM ਦੀ ਗੋਲੀ ਜਿਹੜੀ ਹੈਗੀ ਆ, 1 ਜਾਂ 2 ਗੋਲੀਆਂ ਉਸਦੀ ਵਰਤੋਂ ਕਰ ਸਕਦੇ ਹੋ ਇਸ ਕਾੜੇ ਦੇ ਵਿੱਚ। ਜੇਕਰ ਕਿਸੇ ਤਰ੍ਹਾਂ ਦੀ ਦਰਦ ਪੇਨਫੁਲ ਨਹੀਂ ਹੈਗਾ ਮਹਿਸੂਸ ਕਰਦਾ ਪਸ਼ੂ, ਚਾਹੇ ਟੈਂਪਰੇਚਰ ਨਹੀਂ ਹੈਗਾ ਗਾ, ਤਾਂ ਤੁਸੀਂ PCM ਦੀ ਗੋਲੀ ਨਾ ਦਿਓ ਤਾਂ ਬਹੁਤ ਵਧੀਆ ਗੱਲ ਆ, ਕੋਈ ਗੱਲ ਨਹੀਂ। ਇਹ ਜਿਹੜੀਆਂ ਦੋਸਤੋ ਮਾਤਰਾ ਮੈਂ ਤੁਹਾਨੂੰ ਦੱਸੀਆਂ ਨੇ ਬਿਲਕੁਲ ਗ੍ਰੈਂਡ ਕੀਤੇ ਹੋਣੇ ਚਾਹੀਦੇ ਆ, ਇੱਕ ਬਿਲਕੁਲ ਬਰੀਕ ਮਿਕਦਾਰ ਦੇ ਵਿੱਚ ਹੋਣਾ ਚਾਹੀਦਾ। ਪਾਊਡਰ ਬਿਲਕੁਲ ਫੋਮ ਦੇ ਵਿੱਚ ਬਣ ਜਾਏਗਾ ਤੁਹਾਡੇ ਕੋਲ ਬਿਲਕੁਲ ਜਦੋਂ ਤੁਸੀਂ ਗ੍ਰੈਂਡਰ ਦੇ ਵਿੱਚ ਇਹਨੂੰ ਗ੍ਰੈਂਡ ਕੀਤਾ। ਤਾਂ ਇਹ ਜਿਹੜਾ ਦੋਸਤੋ ਬਿਲਕੁਲ ਸਾਰੇ ਪਦਾਰਥ ਹੁੰਦੇ ਆ, ਤੁਸੀਂ ਇਸ ਨੂੰ ਜਿਹੜਾ ਤੁਸੀਂ ਪਹਿਲਾਂ ਇੱਕ ਗੁੜ ਦਾ ਕਾੜਾ ਬਣਾਇਆ ਸੀਗਾ, ਉਬਾਲਿਆ ਸੀਗਾ ਇਹਨੂੰ 1.5 ਕਿਲੋ ਪਾਣੀ ਦੇ ਵਿੱਚ, ਉਸ ਦੇ ਵਿੱਚ ਤੁਸੀਂ ਇਸ ਨੂੰ ਸੁੱਕੇ ਨੂੰ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲੈਣਾ ਹੈਗਾ, ਅਤੇ 2 ਘੰਟੇ ਦੇ ਅੰਦਰ ਅੰਦਰ ਆਪਣੇ ਪਸ਼ੂ ਨੂੰ ਜਿਹੜਾ ਦੇਣਾ ਹੈਗਾ। ਇਸ ਦੇ ਨਾਲ ਦੋਸਤੋ ਕੀ ਹੋਵੇਗਾ ਵੀ ਜਦੋਂ 2 ਘੰਟੇ ਦੇ ਦੌਰਾਨ ਤੁਸੀਂ ਆਪਣੇ ਪਸ਼ੂ ਨੂੰ ਇਹ ਕਾੜਾ ਦੇ ਦਿੱਤਾ, ਤਾਂ ਤੁਹਾਡੇ ਪਸ਼ੂ ਦਾ ਇੱਕ ਤਾਂ ਐਨਰਜੀ ਲੈਵਲ ਆ ਦੋਸਤੋ ਅੱਪ ਹੋ ਜਾਵੇਗਾ। ਜਿਹੜਾ ਉਹ ਪਸ਼ੂ ਸੂਣ ਤੋਂ ਬਾਅਦ ਆਪਣੀ ਐਨਰਜੀ ਗਵਾ ਚੁੱਕਿਆ, ਉਹ ਫਿਰ ਦੁਬਾਰਾ ਗੇਨ ਕਰ ਲਵੇਗਾ। ਤਾਂ ਦੋਸਤੋ ਇਸ ਦੇ ਨਾਲ ਅੱਗੇ ਜਿਹੜੀ ਜੇਰ ਪੈਣੀ ਹੈਗੀ ਪਸ਼ੂ ਨੂੰ, ਉਹ ਵੀ ਬਹੁਤ ਜ਼ਿਆਦਾ ਜਲਦੀ ਪੈ ਜਾਵੇਗੀ, ਕੋਈ ਦਿੱਕਤ ਨਹੀਂ ਆਵੇਗੀ, ਪੂਰੀ ਜੇਰ ਪੈ ਜਾਵੇਗੀ, ਪੂਰਾ ਮੈਲਾ ਤੁਹਾਡੇ ਪਸ਼ੂ ਦਾ ਅੰਦਰੋਂ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ, ਸਾਰਾ ਨਿਕਲ ਜਾਏਗਾ। ਅਤੇ ਜੇਕਰ ਦੋਸਤੋ ਅੱਜ ਕੱਲ੍ਹ ਕੀ ਹੁੰਦਾ ਵੀ ਮੋਸਟਲੀ 99% ਜਾਂ 90% ਕਹਿ ਲਓ ਪਸ਼ੂ ਜਿਹੜੇ ਮੈਲਾ ਬਹੁਤ ਘੱਟ ਤੁਰਦੇ ਆ, ਜੇ ਪਸ਼ੂ ਮੈਲਾ ਨਹੀਂ ਤੁਰੇਗਾ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਪੀਕ ਲੈਵਲ 'ਤੇ ਪਸ਼ੂ ਨਹੀਂ ਪਹੁੰਚੇਗਾ, ਇਹ ਵੀ ਦੋਸਤੋ ਜਿਹੜੀ ਗੱਲ ਬਹੁਤ ਯਕੀਨੀ ਹੈਗੀ ਆ। ਤਾਂ ਇਸ ਕਾੜੇ ਦੇ ਨਾਲ ਜਿਹੜੀ ਦੋਸਤੋ ਅੱਗੇ ਬਿਲਕੁਲ 15 ਦਿਨ ਤੋਂ ਬਾਅਦ, 16 ਦਿਨ ਤੋਂ ਬਾਅਦ, 13 ਦਿਨ ਤੋਂ ਬਾਅਦ ਤੁਹਾਡਾ ਪਸ਼ੂ ਜਿਹੜਾ ਮੈਲਾ ਮਾਰਨਾ ਵੀ ਸ਼ੁਰੂ ਕਰ ਦੇਗਾ, ਅਤੇ ਦੁੱਧ ਵੀ ਜਿਹੜਾ ਦੋਸਤੋ ਪੀਕ ਲੈਵਲ ਵੀ ਬਹੁਤ ਵਧੀਆ ਚੰਗਾ ਮੇਨਟੇਨ ਬਣਿਆ ਰਹੇਗਾ। ਸੋ ਦੋਸਤੋ ਕਿੱਦਾਂ ਦਾ ਫਾਰਮੂਲਾ ਲੱਗਾ ਤੁਹਾਨੂੰ ਇਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝ ਪਾਇਓ। ਸੋ ਇੱਦਾਂ ਦੀਆਂ ਵੀਡੀਓ ਜਿਹੜੀਆਂ ਹੈਗੀਆਂ ਦੋਸਤੋ ਮੈਂ ਅੱਗੇ ਨੈਕਸਟ ਟਾਈਮ ਤੁਹਾਡੇ ਲਈ ਹੋਰ ਵੀ ਲੈ ਕੇ ਆਉਂਦਾ ਰਹੂੰਗਾ, ਕਿਉਂਕਿ ਜਾਣਕਾਰੀ ਹੈਗੀ ਆ ਜਿਹੜੀ ਦੋਸਤੋ ਆਪਾਂ ਪਰਖਦੇ ਹਾਂ, ਆਪਾਂ ਅਜਮਾਉਂਦੇ ਆਪਣੇ ਪਸ਼ੂਆਂ ਦੇ ਉੱਪਰ, ਅਤੇ ਕਾਫੀ ਚੰਗੇ ਰਿਜ਼ਲਟ ਮਿਲਦੇ ਆ, ਅਤੇ ਅੱਗੇ ਵੀ ਜਿਹੜਾ ਭੈਣ ਭਰਾਵਾਂ ਤੱਕ ਉਹ ਸਾਂਝੀ ਕਰਨ ਦਾ ਦਿਲ ਕਰਦਾ ਰਹਿੰਦਾ। ਸੋ ਦੋਸਤੋ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ। ਸੋ ਜਿਹੜੇ ਵੀਰ ਚੈਨਲ 'ਤੇ ਆਪਣੇ ਨਵੇਂ ਹੁੰਦੇ ਆ, ਪਹਿਲੀ ਵਾਰੀ ਵੀਡੀਓ ਦੇਖਦੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਰਹੋ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕਸ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।